मैं तान दीवान तू है मेरे स्वामी, मैं तो दया गए दुख सुख तुझ ही पास, मेरा दुख सुख तुझ ही पास, ना को बैरी नहीं बेगाना, ना को बैरी गाना, सकल संग हमको बनाई बिसर गई, सब तात पराई जब ते साध संगत मोहे पाई, तो सो नाथ अनाथ नामो सर, तो सो ना दानी नामो सो भिखारी, मोसो दीन दयाल न तो सर, मोसो बिचारी ना तो सो, मोसो पतत ना पावन तो सर, मोसो बेकारी ना तो सो उपकारी, मेरे है अगन तू गुण सागर, जातर सातल तिहारी, जातर सातल ओट तिहारी, जातर सातल ओट तिहारी, पतत पावन कृपा निदान जगत गुरु शब्द गुरु धन धन साहब सतगुरु श्री गुरु ग्रंथ साहब महाराज जी के पावन चरणों में वडभागी तिना गुरसिखां भाए भगत गुरपुरब करंदे दे महावाखां नूं प्रमाणित करते हुए सतसंग जीओ आप बहुत वड्डे भागां वाले हो, जो समय दे कड़वाहटां नूं दूर करते हुए हजूर दे चरणां विच बैठ के हजूर दी गोद दा निग माण रहे धन धन साहिब दीन दयाल गुरु नानक सरूप किले वाले पातशाह धन धन सरबंसदानी साहिब सतगुरु श्री गुरु ग्रंथ गोबिंद सिंह महाराज जी सच्चे पातशाह जी दा प्रकाश दिहाड़ा मनाउणा कर रहे हो,
ਸਤਿ ਸਿੰਘ ਜੀਓ, ਭਾਵੇਂ ਸਮਾਂ ਬਹੁਤ ਹੋ ਚੁੱਕਾ ਹੈ, ਥੋੜ੍ਹੇ ਸਮੇਂ ਵਿੱਚੋਂ ਆਪਾਂ ਬਹੁਤਾ ਲਾਭ ਉਠਾਉਣਾ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜ਼ਿਆਦਾ ਸਮਾਂ ਨਹੀਂ, ਸਿਰਫ ਨਿਰੋਲ ਗੁਰਬਾਣੀ ਦਾ ਇੱਕ ਸ਼ਬਦ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਾਂਗੇ। ਉਪਰੰਤ ਕਿਉਂਕਿ ਜੇ ਆਪਾਂ ਡਿਸਿਪਲਨ ਨਹੀਂ ਨਾ ਕਵਰ ਕਰਦੇ, ਉਹ ਵੀ ਨਹੀਂ ਅੱਛਾ ਲੱਗਦਾ। ਇਹ ਤਾਂ ਮੇਲਾ ਹੀ ਜਿੰਨਾ ਪ੍ਰੋਗਰਾਮ ਹੈ ਸਾਰਾ ਆਪਣਾ, ਸਾਡਾ ਫਰਜ਼ ਬਣਦਾ ਹੈ। ਪਰਮ ਸਤਿਕਾਰਯੋਗ ਮਾਤਾ ਜੀ ਅਤੇ ਵੱਡੇ ਭਾਅ ਜੀ ਬਾਬਾ ਜੀ ਸਰਬਜੀਤ ਸਿੰਘ ਜੀ ਹੋਰਾਂ ਨੂੰ ਸਾਡਾ ਸਾਥ ਦੇਣ ਦਾ ਫਰਜ਼ ਬਣਦਾ ਹੈ। ਲਓ, ਬਹੁਤੀਆਂ ਗੱਲਾਂ ਬਾਤਾਂ ਵਿੱਚ ਨਾ ਪਈਏ ਆਪਾਂ, ਕਿਉਂਕਿ ਮਹਾਰਾਜ ਦੇ ਚਰਨਾਂ ਵਿੱਚ ਮੈਂ ਬੇਨਤੀ ਕੀਤੀ ਸੀ ਭਾਅ ਜੀ ਨੂੰ ਇੱਕ ਸਾਲ ਪਹਿਲਾਂ। ਭਾਅ ਜੀ ਮੇਰੀ ਬੇਨਤੀ ਕਰਿਓ ਮਹਾਰਾਜ ਦੇ ਚਰਨਾਂ ਵਿੱਚ, ਮੈਂ ਅਗਲੇ ਸਾਲ ਇਸ ਅਸਥਾਨ 'ਤੇ ਹਾਜ਼ਰੀ ਭਰਾਂ। ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਪ ਜੀ ਦੇ ਸਨਮੁੱਖ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਮੈਨੂੰ ਸਮਾਂ ਬਖਸ਼ਿਸ਼ ਕੀਤਾ ਹੋਇਆ। ਆਓ ਥੋੜ੍ਹੇ ਸਮੇਂ ਵਾਸਤੇ, ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ ਤਿੰਨ ਦਿਨਾਂ ਤੋਂ ਜੋ ਤਿੰਨ ਦਿਨਾਂ ਤੋਂ ਲੈ ਕੇ ਸਾਹਿਬਾਂ ਦੀ ਬਾਣੀ ਦੇ ਅੰਮ੍ਰਿਤ ਦੇ ਫੁਹਾਰੇ ਚੱਲ ਰਹੇ ਨੇ, ਅਮਿਓਂ ਚੱਲੇ ਝਰਨੇ, ਉਸ ਝਰਨਿਆਂ ਦਾ ਆਪ ਜੀ ਆਨੰਦ ਮਾਣ ਰਹੇ ਹੋ। ਬਹੁਤ ਸਾਰੇ ਰਲ ਕੇ ਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ ਔਰ ਸਾਡੀ ਹਾਜ਼ਰੀ ਪ੍ਰਵਾਨ ਕਰਨਾ ਜੀ। ਬਰਸੈ ਬਰਸੈ ਚਿਮ ਚਿਮ ਬਰਸੈ ਅੰਮ੍ਰਿਤ ਧਾਰਾ ਮਨ ਪੀਵੈ ਇੱਕ ਹੋਰ ਤਪਲੇ ਵਾਲਾ
ਸਾਡੇ ਜਥੇ ਦਾ ਮੈਂਬਰ, ਸਾਡੇ ਜਥੇ ਦੇ ਰੀੜ੍ਹ ਦੀ ਹੱਡੀ ਪੁਖਰਾਜ ਸਿੰਘ, ਉਹ ਵੀ ਸਾਡੇ ਦਰਮਿਆਨ, ਤੁਹਾਡੇ ਦਰਮਿਆਨ ਸਾਰਿਆਂ ਦੇ ਬੈਠਾ, ਮੇਰੇ ਕੋਲ ਹੀ ਬੈਠਾ ਹੋਇਆ, ਸੁਣ ਰਿਹਾ ਕੀਰਤਨ, ਕਹਿ ਰਿਹਾ ਸੀ ਮੇਰੀ ਹਾਜ਼ਰੀ ਲਵਾ ਦਿਓ ਸੰਗਤ ਦੇ ਚਰਨਾਂ ਵਿੱਚ। ਸਭ ਕਿਛ ਘਰ ਹਰ ਇੱਕ
मत पाए
ਕੁਰਬਾਨ ਕਰ ਲੈਣੀ। ਕੀਰਤਨ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਸਮੂਹ ਸਾਧ ਸੰਗਤ ਸਤਿਗੁਰੂ ਬਖਸ਼ਣਹਾਰ ਨੇ ਬਖਸ਼ਿਸ਼ਾਂ ਕਰਨ ਸੀਸਾਂ ਬਖਸ਼ਿਸ਼ ਕਰਨ ਕਰੋ ਜੀ। ਆਪ ਜੀ ਕੀ ਅਤੇ ਸਾਧ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਆਓ ਸਾਰੇ ਗੱਜ ਗੱਜ ਕੇ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।